ਵੀ ਇੱਥੇ ਵੀਲਚੇਅਰ ਕਿਸੇ ਪੇਸ਼ੈਂਟ ਨੂੰ ਦੋ ਮੁੰਡਿਆਂ ਦੇ ਭਰਾ ਚੁੱਕ ਕੇ ਲੈ ਕੇ ਜਾ ਰਹੇ ਸੀ ਤਾਂ ਮੈਂ ਤੁਰੰਤ ਹੀ ਉਹ MS ਸਾਹਿਬ ਨੂੰ ਉਹ ਜਿਹੜੀ ਸੀਗੀ ਖਬਰ ਜਿਹੜੀ ਹੈਗੀ ਨਾਲ ਦੀ ਨਾਲ ਫਾਰਵਰਡ ਕਰਤੀ ਸੀ ਵੀ ਤੁਸੀਂ ਦੇਖੋ ਜੀ ਆਪਣੇ ਹੌਸਪਿਟਲਾਂ 'ਚ ਇਹ ਨਹੀਂ ਹੋਣਾ ਚਾਹੀਦਾ। ਐਂਬੂਲੈਂਸਾਂ ਵੀ ਖਲਾ ਖਲਾ ਕੇ ਦੇਖੀਆਂ, ਨਾਲ ਵੀ ਫਿਜ਼ੀਓਥੈਰੇਪੀ ਸੈਂਟਰ ਦੇਖ ਕੇ ਆਇਆ। ਫਿਜ਼ੀਓਥੈਰੇਪੀ ਵੀ ਬਹੁਤ ਖੂਬਸੂਰਤ ਬਣਿਆ ਹੋਇਆ ਔਰ ਉਹਨਾਂ ਨੂੰ ਕੁਛ ਇੱਕ ਆਪਣੇ ਸੁਝਾਅ ਵੀ ਦੇ ਕੇ ਆਇਆ ਕਿ ਉਹ ਆਪਦੇ ਕੰਮ ਦੇ ਵਿੱਚ ਨਿਖਾਰ ਲਿਆਉਣ ਲਈ ਜੇ ਥੋੜ੍ਹਾ ਜਿਹਾ ਹੋਰ ਸੁਧਾਰ ਕਰ ਲੈਣ ਤਾਂ ਉਹ ਵੀ ਬੜੀ ਅੱਛੀ ਗੱਲ ਹੈ। ਮਾੜੀ ਮੋਟੀ ਕਮੀ ਕਿਤੇ ਹੁੰਦੀ ਹੈ। ਅਸੀਂ ਸਵੇਰ ਦੇ ਅੱਜ 7:30 ਵਜੇ ਦੇ ਲੱਗੇ ਹਾਂ, 1 ਵਜ ਗਿਆ। ਉਹ ਅਸੀਂ ਮੈਨੂੰ ਲੱਗਦਾ 5-7 ਪੰਨਿਆਂ ਦਾ ਜਿਹੜਾ ਹੈਗਾ ਟੂਰ ਨੋਟ ਬਣੇਗਾ, ਉਹਦੇ ਵਿੱਚ ਹਰ ਥਾਂ 'ਤੇ ਜਿੱਥੇ ਕੋਈ ਛੋਟੀ ਮੋਟੀ ਕਮੀ ਹੈ ਉਹ ਸਟਾਫ ਨੇ ਨੋਟ ਕਰ ਲਈ ਹੈ। ਸਿਵਲ ਹਸਪਤਾਲ ਵਿੱਚ ਆ ਰਹੀਆਂ ਕਮੀਆਂ ਦੀ ਜਾਂਚ ਨੂੰ ਲੈ ਕੇ ਚੰਡੀਗੜ੍ਹ ਤੋਂ ਟੀਮ ਚੈਕਿੰਗ ਕਰਨ ਲਈ ਪਹੁੰਚੀ। ਇਸ ਦੌਰਾਨ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਅਨਿਲ ਗੋਇਲ ਨੇ ਹਸਪਤਾਲ ਵਿੱਚ ਆ ਰਹੀਆਂ ਕਮੀਆਂ ਦਾ ਜਾਇਜ਼ਾ ਲਿਆ। ਉੱਥੇ ਉਹਨਾਂ ਨੇ ਸਿਵਲ ਹਸਪਤਾਲ 'ਚ ਪਾਈਆਂ ਗਈਆਂ ਖਾਮੀਆਂ ਨੂੰ ਲੈ ਕੇ ਕਿਹਾ ਕਿ ਉਹਨਾਂ ਨੇ ਡਾਕਟਰਾਂ ਨਾਲ ਮੀਟਿੰਗ ਕੀਤੀ ਹੈ ਅਤੇ ਆ ਰਹੀਆਂ ਕਮੀਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਜਿਸ ਨੂੰ ਜਲਦ ਹੱਲ ਕੀਤਾ ਜਾਵੇਗਾ। ਉੱਥੇ ਦਵਾਈ ਨੂੰ ਲੈ ਕੇ ਅਨਿਲ ਗੋਇਲ ਨੇ ਕਿਹਾ ਕਿ ਅੱਜ ਉਹਨਾਂ ਨੇ ਮਰੀਜ਼ਾਂ ਦੇ ਨਾਲ ਦਵਾਈ ਨੂੰ ਲੈ ਕੇ ਗੱਲ ਕੀਤੀ ਤਾਂ ਪਤਾ ਚੱਲਿਆ ਕਿ ਹੁਣ ਉਹਨਾਂ ਨੂੰ ਬਾਹਰ ਤੋਂ ਦਵਾਈ ਲਿਆਉਣ ਦੇ ਲਈ ਕੋਈ ਮਰੀਜ਼ ਨਹੀਂ ਮਿਲਿਆ। ਉੱਥੇ ਉਹਨਾਂ ਨੇ ਕਿਹਾ ਕਿ ਖੁਸ਼ੀ ਹੈ ਕਿ ਹਸਪਤਾਲ ਦੇ ਵਿੱਚ ਐਕਸਰੇ ਦੀ 3 ਮਸ਼ੀਨਾਂ ਨੇ ਅਤੇ 3 ਮਸ਼ੀਨਾਂ ਵਰਕ ਕਰ ਰਹੀਆਂ ਨੇ। ਉੱਥੇ ਇਹ ਕਿਹਾ ਕਿ ਐਮਰਜੈਂਸੀ ਵਾਰਡ ਟਰਾਮਾ ਵਾਰਡ ਵਿੱਚ ਡਾਕਟਰ ਚੰਗਾ ਕੰਮ ਕਰ ਰਹੇ ਨੇ। ਉਹਨਾਂ ਕਿਹਾ ਕਿ ਐਂਬੂਲੈਂਸ ਕੰਪਿਊਟਰ ਆਪਰੇਟਰ ਦੇ ਨਾਲ ਡਾਟੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਫਿਰ ਵੀ ਜੋ ਕਮੀਆਂ ਨੇ ਉਹਨਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਸਿਵਲ ਹਸਪਤਾਲ ਦੇ ਅੰਦਰ ਪਹੁੰਚੇ ਹੋ, ਕੀ ਖਮੀਆਂ ਪਾਈਆਂ ਉੱਥੇ ਮੇਨ ਪਹਿਲੇ ਤੋਂ? ਅੱਜ ਜਲੰਧਰ ਡਿਸਟ੍ਰਿਕਟ ਹਸਪਤਾਲ ਜਿਹੜਾ ਕਿ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਹੈ, ਉਸ ਦੀ ਮੈਂ ਰੂਟੀਨ ਸਪੋਰਟਿਵ ਸੁਪਰਵੀਜ਼ਨ ਹੈ ਜਿਹੜੀ ਉਸ 'ਤੇ ਆਇਆ ਔਰ ਅੱਜ ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਦੇਖ ਕੇ ਕਿ ਜਿਹੜਾ ਇਹ ਸਾਡਾ ਹੋਸਪਿਟਲ ਹੈਗਾ ਇਹ ਬਹੁਤ ਸੋਹਣੇ ਢੰਗ ਨਾਲ ਜਿਹੜੀਆਂ ਮਰੀਜ਼ਾਂ ਨੂੰ ਜਿਹੜੀਆਂ ਸੇਵਾ ਹੈਗਾ ਦੇ ਰਿਹਾ। ਮੈਂ ਅੱਜ ਬਹੁਤ ਸਾਰੇ ਮਰੀਜ਼ਾਂ ਦੇ ਨਾਲ ਇੰਟਰੈਕਸ਼ਨ ਵੀ ਕੀਤੀ ਆ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਕੋਈ ਆਊਟ ਆਫ ਪੋਕਿਟ ਐਕਸਪੈਂਡੀਚਰ ਤਾਂ ਨਹੀਂ ਹੋ ਰਿਹਾ। ਅਤੇ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੈਗੀ ਹੈ ਕਿ ਕਿਸੇ ਵੀ ਮਰੀਜ਼ ਦੀ ਮੈਨੂੰ ਕੋਈ ਇਸਦਾ ਮਰੀਜ਼ ਮੇਰੇ ਨੋਟਿਸ ਨਹੀਂ ਆਇਆ ਜਿਹੜਾ ਕੋਈ ਦਵਾਈ ਬਾਹਰੋਂ ਲੈ ਕੇ ਆਇਆ ਹੋਵੇ ਔਰ ਜਿਨ੍ਹਾਂ ਮਰੀਜ਼ਾਂ ਦੇ ਓਪਰੇਸ਼ਨ ਵੀ ਹੋਏ ਸੀਗੇ ਤਾਂ ਉਹਨਾਂ ਮਰੀਜ਼ਾਂ ਨਾਲ ਇਕੱਲੇ ਬੈਠ ਕੇ ਮੈਂ ਬਾਕੀ ਸਾਰਾ ਸਟਾਫ ਪਾਸੇ ਕਰਕੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਵੀ ਜੇ ਕੋਈ ਤੁਹਾਡੀ ਵੀ ਆਊਟ ਆਫ ਪੋਕਿਟ ਐਕਸਪੈਂਡੀਚਰ ਹੋਇਆ ਤਾਂ ਦੱਸੋ। ਔਰ ਜਦੋਂ ਮੈਂ MCF ਸੈਂਟਰ ਦੇ ਵਿੱਚ ਗਿਆ ਅਤੇ ਜਿਹੜਾ ਉੱਥੇ ਲੋਕਾਂ ਦਾ ਵਿਸ਼ਵਾਸ ਪ੍ਰਗਟ ਕੀਤਾ ਹੋਇਆ ਸੀ ਮੇਰੀ ਸੰਸਥਾ ਦੇ ਵਿੱਚ, ਸਾਰੇ ਬੈਂਚ ਭਰੇ ਹੋਏ ਸੀ, ਬੈਠਣ ਵਾਲੇ ਲਾਈਨਾਂ ਲੰਬੀਆਂ ਲੱਗੀਆਂ ਹੋਈਆਂ ਸੀ, ਡਰੱਗਸ ਵਾਲਿਆਂ 'ਤੇ ਪੂਰੀਆਂ ਲਾਈਨਾਂ ਸੀ, ਅਲਟਰਾਸਾਊਂਡ 'ਤੇ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ 80 ਤੋਂ ਵੱਧ ਅਲਟਰਾਸਾਊਂਡ ਹੋ ਰਹੇ ਹੈ ਔਰ ਜਿਹੜੇ ਸਾਡੇ ਉੱਥੇ ਲੇਬਰ ਰੂਮ ਦੇ ਇੰਚਾਰਜ ਸਿਸਟਰ ਹੈਗੇ ਆ ਉਹਨਾਂ ਨੇ ਮੇਰੇ ਧਿਆਨ ਵਿੱਚ ਲਿਆਂਦਾ ਕਿ 350 ਡਿਲੀਵਰੀ ਉਹ ਕਰ ਰਹੇ ਆ ਔਰ ਕਿਸੇ ਵੀ ਮਰੀਜ਼ ਦੇ ਜਦੋਂ ਨਾਲ ਗੱਲ ਕੀਤੀ ਜਿਹੜੇ ਉੱਥੇ ਕੋਈ ਬੱਚੇ ਵੀ ਦਾਖਲ ਸੀਗੇ ਉਹਨਾਂ ਤੋਂ ਵੀ ਪੁੱਛਿਆ ਵੀ ਕੋਈ ਆਊਟ ਆਫ ਪੋਕਿਟ ਐਕਸਪੈਂਡੀਚਰ ਕੋਈ ਦਵਾਈ ਬਾਹਰੋਂ ਲਿਆਂਦੀ ਹੋਵੇ ਤਾਂ ਉਹ ਵੀ ਮੈਨੂੰ ਉੱਥੇ ਕੋਈ ਚੀਜ਼ ਨਹੀਂ ਮਿਲੀ ਤਾਂ ਉਸ ਦੀ ਖੁਸ਼ੀ ਦੇ ਵਿੱਚ ਹੀ ਅੱਜ ਅਸੀਂ ਜਿਹੜੀ ਸਾਡੀ ਉੱਥੋਂ ਦੇ ਨਰਸਿੰਗ ਸਿਸਟਰ ਹੈਗੇ ਉਹਨਾਂ ਨੂੰ ਸਾਡੇ ਜਿਹੜੇ MS ਹੈਗੇ ਅਤੇ ਸਿਵਲ ਸਰਜਨ ਹੈਗੇ ਉਹਨਾਂ ਨੇ ਅੱਜ ਹੁਣ ਅਸੀਂ ਮੈਂ ਚਾਹ ਪੀਣੀ ਸਵੇਰ ਦੀ ਹੁਣ ਪੀਣੀ ਅਤੇ ਉਹਨਾਂ ਦੇ ਨਾਲ ਚਾਹ ਦਾ ਕੱਪ ਸ਼ੇਅਰ ਕਰਨ ਵਾਸਤੇ ਅਸੀਂ ਉਹਨਾਂ ਨੂੰ ਨਾਲ ਇੱਥੇ ਬੁਲਾਇਆ ਹੋਇਆ ਕਿ ਜਿਨ੍ਹਾਂ ਨੇ ਅੱਛਾ ਕੰਮ ਕੀਤਾ। ਸਾਡਾ ਬਲੱਡ ਬੈਂਕ ਬਹੁਤ ਅੱਛਾ ਕੰਮ ਕਰ ਰਿਹਾ, ਮੈਂ ਹੁਣੇ ਜਾ ਕੇ ਆਇਆ ਔਰ ਜਿਹੜਾ ਸਾਡਾ ਟਰੋਮਾ ਸੈਂਟਰ ਹੈ ਜਿਹੜੀ ਸਾਡੀ ਐਮਰਜੈਂਸੀ ਹੈ ਸਾਡੇ ਐਕਸਰੇ ਹੈਗੇ ਆ, ਸਾਡੇ ਕੋਲ 3 ਮਸ਼ੀਨਾਂ ਹੈਗੀਆਂ ਔਰ ਮੈਂ ਪਹਿਲਾਂ ਹੋਸਪਿਟਲ ਦੇਖਿਆ ਜਿਹਦੇ ਕੋਲ 3 ਮਸ਼ੀਨਾਂ 3 ਫੰਕਸ਼ਨਲ ਹੈ ਔਰ ਟਰੋਮਾ ਸੈਂਟਰ ਦੇ ਵਿੱਚ ਵੀ 2 ਸਾਡੇ ਕੋਲ ਮੋਬਾਈਲ ਉਹ ਹੈਗੇ, ਇਸ ਦੇ ਨਾਲ ਹੀ ਜਿੰਨੀ ਐਂਬੂਲੈਂਸਾਂ ਹੈਗੀਆਂ, ਜਿੰਨੇ ਜਨਰੇਟਰ ਹੈਗੇ ਆ, ਜਿੰਨੇ ਏਅਰ ਕੰਡੀਸ਼ਨ ਲੱਗੇ ਹੋਏ ਆ, ਜਿੰਨੇ ਸਾਡੇ ਕੋਲ ਵਾਟਰ ਕੂਲਰ ਲੱਗੇ ਹੋਏ ਆ, ਜਿੰਨੇ ਸਾਡੇ ਕੋਲ ਕੰਪਿਊਟਰਸ ਹੈਗੇ ਆ, ਮੈਂ ਉਹਨਾਂ ਸਾਰਿਆਂ ਦਾ ਵੀ ਡਾਟਾ ਲੈ ਰਿਹਾ ਕਿ ਐਂਬੂਲੈਂਸਾਂ ਦਾ ਵੈਲਿਡ
ਰਜਿਸਟਰੇਸ਼ਨ ਹੋਵੇ, ਡਰਾਈਵਰ ਦਾ ਲਾਈਸੈਂਸ ਵੈਲਿਡ ਹੋਵੇ, ਪੋਲਿਊਸ਼ਨ ਸਰਟੀਫਿਕੇਟ ਹੋਵੇ, ਪਾਸਿੰਗ ਹੋਵੇ, ਉਹਦੇ ਕੋਲ ਇੰਸ਼ੋਰੈਂਸ ਹੋਵੇ। ਐਂਬੂਲੈਂਸਾਂ ਵੀ ਖਲਾ ਖਲਾ ਕੇ ਵੇਖੀਆਂ। ਨਾਜ਼ਰੀ ਫਿਜ਼ੀਓਥੈਰੇਪੀ ਸੈਂਟਰ ਦੇਖ ਕੇ ਆਇਆ, ਫਿਜ਼ੀਓਥੈਰੇਪੀ ਵੀ ਬਹੁਤ ਖੂਬਸੂਰਤ ਬਣਿਆ ਹੋਇਆ, ਔਰ ਉਹਨਾਂ ਨੂੰ ਕੁਛ ਇੱਕ ਆਪਣੇ ਸੁਝਾਅ ਵੀ ਦੇ ਕੇ ਆਇਆ ਕਿ ਉਹ ਆਪਦੇ ਕੰਮ ਦੇ ਵਿੱਚ ਨਿਖਾਰ ਲਿਆਉਣ ਲਈ ਜੇ ਥੋੜ੍ਹਾ ਜਿਹਾ ਹੋਰ ਸੁਧਾਰ ਕਰਨਾ ਹੈ ਤਾਂ ਉਹ ਵੀ ਬੜੀ ਅੱਛੀ ਗੱਲ। ਇਸ ਦੇ ਨਾਲ ਹੀ ਪਿੱਛੇ ਸਾਡੇ ਅਸ਼ੋਕ ਕੁਮਾਰ ਜੀ ਬੈਠੇ ਆ, ਇਹ ਸਾਡੇ OTA ਹੈਗੇ ਆ, ਔਰ ਮੈਨੂੰ ਜਿਹੜੇ ਡਾਕਟਰਸ ਹੈਗੇ ਆ ਥੀਏਟਰ ਦੇ, ਉਹਨਾਂ ਨੇ ਮੈਨੂੰ ਦੱਸਿਆ ਕਿ ਜੇ ਕੋਈ ਮਰੀਜ਼ ਤੋਂ ਨਹੀਂ ਤੁਰਿਆ ਜਾਂਦਾ ਤਾਂ ਆਪਦੀ ਗੋਦੀ ਚੱਕ ਕੇ ਉਹਨਾਂ ਨੂੰ ਪਾਉਂਦੇ, ਅਤੇ ਅੱਜ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਆ ਕੇ ਮੇਰੇ ਨਾਲ ਚਾਹ ਪੀਓ, ਅਤੇ ਅਸੀਂ ਉਹਨਾਂ ਨੂੰ ਵੀ ਅੱਜ ਇੱਥੇ ਮੈਂ ਉੱਥੇ ਸਟਾਫ ਨੂੰ ਬੁਲਾਇਆ ਹੋਇਆ। ਔਰ ਅੱਜ ਮੈਨੂੰ ਇਹ ਵੀ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ RKS ਦੇ ਮੈਂਬਰ ਸੈਨੀ ਸਾਹਿਬ ਵੀ ਇੱਥੇ ਬੈਠੇ ਹੋਏ ਹੈ, ਅਤੇ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਉਹ ਕਹਿੰਦੇ ਜੀ ਮੈਂ ਪੈਸੇ ਦਿੱਤੇ ਹੋਏ ਹੈ ਅਤੇ ਉਹਦਾ ਸਮਾਨ ਸਮੂਨ ਜਿਹੜਾ ਹੈਗਾ ਉਹ ਸਿਵਲ ਹਸਪਤਾਲ ਨੂੰ ਮਿਲ ਜਾਣਾ ਚਾਹੀਦਾ। ਤਾਂ ਉਹ ਮਤਲਬ ਇਸ ਗੱਲ ਦਾ ਜਦੋਂ ਮੈਂ ਇੰਟਰਸਟ ਦੇਖਦਾ, ਔਰ ਉਹ ਜਿਹੜੇ ਪੈਸੇ ਹੈਗੇ ਆ ਉਹ ਵੀ ਕਰੋੜਾਂ 'ਚ ਹੈਗੇ ਆ, ਕੋਈ ਲੱਖ ਦੋ ਲੱਖ ਜਾਂ ਹਜ਼ਾਰਾਂ 'ਚ ਨਹੀਂ ਹੈਗੇ। ਤਾਂ ਇਹੋ ਜਿਹੇ ਸੱਜਣਾਂ ਦਾ ਵੀ ਅਸੀਂ ਬਹੁਤ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ। ਬਾਕੀ ਜਿੱਥੋਂ ਤੱਕ ਤੁਸੀਂ ਗੱਲ ਪੁੱਛੀ ਸੀਗੀ ਕਿ ਕੁਛ ਇੱਕ ਕਮੀਆਂ ਹੁੰਦੀਆਂ ਆਪਣੇ ਘਰ, ਵੀ ਮਾੜੀ ਮੋਟੀ ਕਮੀ ਕਿਤੇ ਹੁੰਦੀ ਹੈ। ਅਸੀਂ ਸਵੇਰ ਦੇ ਅੱਜ 7:30 ਦੇ ਲੱਗੇ ਹਾਂ, 1:00, ਉਹ ਅਸੀਂ ਮੈਨੂੰ ਲੱਗਦਾ 5-7 ਪੰਨਿਆਂ ਦਾ ਜਿਹੜਾ ਹੈਗਾ ਟੂਰ ਨੋਟ ਬਣੇਗਾ, ਉਹਦੇ ਵਿੱਚ ਹਰ ਥਾਂ 'ਤੇ ਜਿੱਥੇ ਕੋਈ ਛੋਟੀ ਮੋਟੀ ਕਮੀ ਹੈ ਉਹ ਸਟਾਫ ਨੇ ਨੋਟ ਕਰ ਲਈ ਹੈ, ਉਹ ਪੂਰੀ ਕਰਕੇ ਵਿਦਇਨ 10-15 ਡੇਜ਼ ਉਹ ਸਾਰੀਆਂ ਪੂਰੀਆਂ ਕਰਕੇ ਸਿਵਲ ਸਰਜਨ ਸਾਹਿਬ ਅਤੇ ਮਾਨਯੋਗ ਸਾਡੇ ਮੈਡੀਕਲ ਸਟੂਡੈਂਟ ਸਾਹਿਬ ਅਤੇ ਇਹ ਪੂਰੀਆਂ ਕਰਕੇ ਸਾਨੂੰ ਉੱਥੇ ਐਕਸ਼ਨ ਟੇਕਰ ਰਿਪੋਰਟ ਭੇਜਣਗੇ, ਅਸੀਂ ਵੀ ਉਸ ਤੋਂ ਬਾਅਦ ਉੱਥੇ ਰਿਵਿਊ ਲਵਾਂਗੇ ਕਿ ਇਹ ਸਾਰੇ ਕੰਮ ਪੂਰੇ ਹੋ ਜਾਣ। ਸਰ, ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਸਟੇਚਰ ਦੀ ਆ ਰਹੀ ਹੈ, ਜਿਵੇਂ ਜੀ ਪੇਸ਼ੈਂਟ ਲੈ ਕੇ ਆਉਂਦੇ ਆ, ਇਹ ਸਟੇਚਰ ਔਰ ਵੀਲਚੇਅਰ ਦੀ ਜਿਹੜੀ ਦਿੱਕਤ ਆ ਰਹੀ ਹੈ, ਆਏ ਦਿਨ ਜਿਹੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪੇਸ਼ੈਂਟ, ਇਹਦੇ ਬਾਰੇ ਜਿਹੜੀ ਤੁਸੀਂ ਇਹ ਗੱਲ ਮੇਰੇ ਨਾਲ ਕਹਿ ਰਹੇ ਹੋ, ਅਤੇ ਮੈਂ ਅੱਜ ਆਪਦੇ ਟੂਰ 'ਤੇ ਇਸ ਗੱਲ ਵਾਲੀ ਵਿਸ਼ੇਸ਼ ਧਿਆਨ ਦਿੱਤਾ। ਮੈਂ ਇਕੱਲੀ ਇਕੱਲੀ ਵੀਲਚੇਅਰ ਹੈ ਜਿਹੜੀ, ਉਸ ਨੂੰ ਤੋੜ ਕੇ ਰੋੜ ਕੇ ਵੇਖਿਆ, ਅਤੇ ਇੱਕ ਵੀਲਚੇਅਰ ਦਾ ਅੱਧਾ ਪੈਰ ਟੁੱਟਿਆ ਹੋਇਆ ਸੀ, ਉਹ ਵੀ ਮੈਂ ਨੋਟ ਕਰਵਾਤਾ। ਔਰ ਜਿਹੜੇ ਸਟ੍ਰੈਚਰ ਦੇ ਉੱਪਰ ਸਾਡੇ ਕੋਈ ਗੱਦਾ ਨਹੀਂ ਸੀਗਾ, ਉਹ ਸਟ੍ਰੈਚਰਾਂ ਤੋਂ ਵੀ ਸ਼ੀਟਾਂ ਲਾ ਕੇ ਮੈਂ ਦੱਸਿਆ ਵੀ ਇਹਨਾਂ 'ਤੇ ਵੀ ਗੱਦਾ ਲੈ ਕੇ ਆਓ। ਤੁਹਾਨੂੰ ਇਹ ਵੀ ਦੱਸ ਦਿਓ, ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਹੈੱਡਕੁਆਟਰ ਤੋਂ ਵੀਲਚੇਅਰਾਂ ਇੱਥੇ CSR 'ਚ ਭੇਜੀਆਂ, ਸਟੋਰ 'ਚ ਪਈਆਂ, ਜੇ ਕਿਤੇ ਹੋਰ ਲੋੜ ਹੋਊਗੀ ਤਾਂ ਉਹ ਵੀ ਮਾਨਯੋਗ SMO ਸਾਹਿਬ ਅਤੇ ਸਾਡੇ ਜਿਹੜੇ SMO ਹੈਗੇ ਆ ਉਹ ਕਢਵਾ ਕੇ ਉੱਥੇ ਲਗਾ ਦੇਣ, ਵੀਲਚੇਅਰਾਂ ਦੀ ਕੋਈ ਘਾਟ ਨਹੀਂ ਹੈ। ਮੈਂ ਤਾਂ ਇਹ ਕਹਿ ਰਿਹਾ ਕਿ ਮੇਰੇ ਸਿਰਾਣੇ ਸੈਨੀ ਸਾਹਿਬ ਬੈਠੇ ਹੋਏ ਆ, ਜੇ ਮੈਂ ਹੁਣੇ ਹੱਥ ਜੁੜ ਕੇ ਬੇਨਤੀ ਕਰਦੇ ਹਾਂ ਕਿ 25 ਵੀਲਚੇਅਰਾਂ ਭੇਜ ਦਿਉ, ਤਾਂ ਉਹਨਾਂ ਨੇ ਕਹਿਣਾ ਵੀ ਬਸ ਸਿਰ 25 'ਚ ਸਰ ਜੂਗਾ ਜੀ, ਹੋਰ ਭੇਜ ਦਿੰਦੇ। ਤਾਂ ਤੁਸੀਂ ਉਸ ਚੀਜ਼ ਦੀ, ਅੱਛਾ ਮੈਂ ਤੁਹਾਡਾ ਇਸ ਗੱਲ ਲਈ ਵੀ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਮੇਰੇ ਕੋਲ, ਸ਼ਾਇਦ ਕਿਸੇ ਪ੍ਰੈਸ ਦੇ ਮੀਡੀਆ ਦੇ ਭਰਾ ਨੇ ਮੇਰੇ ਕੋਲ ਖਬਰ ਵੀ ਭੇਜੀ ਸੀ ਵੀ ਇੱਥੇ ਵੀਲਚੇਅਰ ਕਿਸੇ ਪੇਸ਼ੈਂਟ ਨੂੰ 2 ਮੋਢਿਆਂ ਦੇ ਭਰਾ ਚੁੱਕ ਕੇ ਲੈ ਕੇ ਜਾ ਰਹੇ ਸੀ, ਤਾਂ ਮੈਂ ਤੁਰੰਤ ਹੀ ਉਹ MS ਸਾਹਿਬ ਨੂੰ ਉਹ ਜਿਹੜੀ ਸੀਗੀ ਖਬਰ ਜਿਹੜੀ ਹੈਗੀ ਨਾਲ ਦੀ ਨਾਲ ਫਾਰਵਰਡ ਕਰਤੀ ਸੀ ਵੀ ਆਹ ਤੁਸੀਂ ਦੇਖੋ ਜੀ ਆਪਣੇ ਹੋਸਪਿਟਲਾਂ 'ਚ ਇਹ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਔਰ ਫਿਰ ਵੀ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਕਿਤੇ ਨਾ ਕਿਤੇ ਅਸੀਂ ਬਹੁਤਿਆਂ 'ਚ ਅਸੀਂ ਕੀ ਹਾਂ ਬਾਕੀਆਂ ਨਾਲ, ਕਿਤੇ 2-4 ਚੀਜ਼ਾਂ 19 ਵੀ ਹੈਗੇ ਆ, ਛੇਤੀ ਅਸੀਂ 20 'ਤੇ ਆ ਜਾਵਾਂ। ਸਰ, ਤੁਸੀਂ ਰਾਊਂਡ ਕੀਤਾ ਸੀ ਬੋਲਦਾ ਸਟਾਫ ਦੀ ਕਮੀ ਪਾਈ ਕਿਤੇ, ਕਿਉਂਕਿ ਸਾਡੇ ਵੱਲੋਂ ਖਬਰ ਕੀਤੀ ਕਿ ਸਟਾਫ ਦੀ ਕਾਫੀ ਕਮੀ ਹੈ। ਗਾਇਨੀ ਵਾਰਡ ਦੀ ਗੱਲ ਕੀਤੀ ਜਾਵੇ, ਗਾਇਨੀ ਵਾਰਡ 'ਚ 2-3 ਨਰਸਿੰਗ ਅਸਿਸਟੈਂਟ ਨੇ ਜਿਹੜੇ ਲੇਬਰ ਰੂਮ ਦਾ ਵੀ ਕੰਮ ਕਰਦੇ, ਸਾਰਾ ਗਾਇਨੀ ਵਾਰਡ ਸਾਹਮਣੇ, ਬਹੁਤ ਹੀ ਕਮੀ ਜ਼ਿਆਦਾ ਉੱਥੇ ਤਾਂ। ਜਿਹੜੀ ਤੁਸੀਂ ਸਟਾਫ ਦੀ ਗੱਲ ਕਰ ਰਹੇ ਹੋ ਨਾ ਜੀ, ਮੈਨੂੰ ਇਹ ਦੱਸਦੇ ਹੋਏ ਬੜੀ ਮਤਲਬ ਖੁਸ਼ੀ ਹੋ ਰਹੀ ਹੈ ਕਿ ਇੱਕ ਗੈਨਾਕੋਲੋਜਿਸਟ ਹੈ, ਬਿਲਕੁਲ ਠੀਕ ਹੈ ਜੀ, 350 ਡਿਲੀਵਰੀਆਂ
ਤਾਂ ਇਮੈਜਿਨ ਕਰੋ ਰੋਜ਼ ਦੀਆਂ 10 ਹੋ ਗਈਆਂ, ਅਤੇ ਜੇ ਉਹ 10 'ਤੇ 5-5 ਮਿੰਟ ਵੀ ਲਾਵੇ ਤਾਂ ਡਿਲੀਵਰੀ ਦਾ ਤਾਂ ਟਾਈਮ ਅੱਡ ਲੱਗਣਾ, ਬਾਕੀ ਉਹਦਾ ਹਾਲ ਚਾਲ ਪੁੱਛਣ 'ਤੇ ਉਹ ਤਾਂ ਇੱਕ ਦਿਨ ਦੀਆਂ ਹੈ, ਜਿਹੜੀਆਂ ਪਿਛਲੇ 2 ਦਿਨ ਅਸੀਂ ਰੱਖਦੇ ਹਾਂ ਤਾਂ ਉਹਦਾ ਬਹੁਤ ਸਾਰਾ ਸਮਾਂ ਇਸ 'ਚ ਵੀ ਜਾਂਦਾ। ਪਰ ਜਿਹੜੀ ਤਨਦੇਹੀ ਨਾਲ ਉਹ ਮਿਹਨਤ ਕਰ ਰਹੇ ਆ ਅਤੇ ਜਿਹੜੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਦਰਵਾਜ਼ਿਆਂ 'ਤੇ ਜਿਹੜੀ ਭੀੜ ਬੈਠੀ ਹੋਈ ਹੈ ਉਹਨਾਂ ਤੋਂ ਸੇਵਾ ਲੈਣ ਲਈ, ਉਸ ਤੋਂ ਇਹ ਬੜਾ ਸਪਸ਼ਟ ਹੈਗਾ ਕਿ ਭਾਵੇਂ ਸਟਾਫ ਦੀ ਥੋੜ੍ਹੀ ਘਾਟ ਹੈਗੀ ਹੈ, ਸਾਨੂੰ ਸਟਾਫ ਹੋਰ ਚਾਹੀਦਾ ਜਿਹੜਾ ਕਿ ਨੇੜਲੇ ਭਵਿੱਖ ਵਿੱਚ ਜਦੋਂ ਮਾਡਲ ਕੋਡ ਆਫ ਕੰਡਕਟ ਖਤਮ ਹੋਏਗਾ ਤਾਂ ਉਸ ਦੇ ਉੱਪਰ ਬਣਦੀ ਕਾਰਵਾਈ ਹੋਏਗੀ ਅਤੇ ਉਦੋਂ ਤੱਕ ਵੀ ਜਿਹੜਾ ਤੁਹਾਡਾ ਸਟਾਫ ਹੈ ਉਹ ਅੱਛਾ ਕੰਮ ਕਰ ਰਿਹਾ ਜੀ। ਬਾਕੀ ਮੈਂ ਬਾਕੀ ਹੁਣ ਵੀ ਸਾਰੇ ਡਾਕਟਰਸ ਨੂੰ ਬੁਲਾ ਕੇ ਪੁੱਛ ਰਹੇ, ਨਿੱਜੀ ਤੌਰ 'ਤੇ ਵੀ ਜੇ ਕਿਸੇ ਦੀ ਕੋਈ ਕਮੀ ਪੇਸ਼ੀ ਹੈ, ਕਿਸੇ ਨੂੰ ਕੋਈ ਚੀਜ਼ ਲੋੜੀਂਦੀ ਹੈ ਤਾਂ ਉਹ ਦੱਸ ਦੇਣ ਅਤੇ ਅਸੀਂ ਉਹ ਵੀ ਚੀਜ਼ ਉਹਨਾਂ ਨੂੰ ਲੈਣੀ। ਪੁੱਛਣਾ ਸੀਗਾ ਸਰ, ਜਿੱਦਾਂ ਕਿ ਕੁਛ ਪੇਸ਼ੈਂਟ ਆਉਂਦੇ ਆ ਇੱਥੇ ਸਟੈਚਰ ਦੀ ਜਾਂ ਵੀਲ ਚੇਅਰ ਦੀ, ਉਹਨੂੰ ਕਮੀਆਂ ਦੀ ਕੁਛ ਵੀਲ ਚੇਅਰ ਪਿੱਛੋਂ ਜਿਹੜੇ ਸਿਕਿਉਰਿਟੀ ਗਾਰਡ ਆ ਉਹਨਾਂ ਨੂੰ ਲੋਕ ਲਗਾ ਕੇ ਰੱਖਿਆ ਜਾਂਦਾ ਵੀਲ ਚੇਅਰ ਨੂੰ ਲੋਕ ਲੱਗਿਆ ਹੋਇਆ। ਮੇਰਾ ਨੰਬਰ ਤੁਸੀਂ ਲੈ ਲੈਣਾ, ਮੈਨੂੰ ਸਿੱਧਾ ਕਾਲ ਕਰ। ਠੀਕ ਹੈ ਸਰ। ਇੱਕ ਬੜੀ ਖਾਸ ਗੱਲ ਜਿਹੜੀ ਸਾਹਮਣੇ ਆ ਰਹੀ, ਸਿਵਲ ਹਸਪਤਾਲ ਵਿੱਚ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ, ਪਿਛਲੇ ਦਿਨ ਵੀ 1-2 ਖਬਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਅਤੇ ਕੱਲ੍ਹ ਵੀ ਜਿਹੜੀ ਉਹ ਸਾਹਮਣੇ ਆਈ, ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਤਾਂ ਸਾਰੀ ਪਬਲਿਕ ਦਾ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿੱਥੇ ਮੇਰੇ ਡਾਕਟਰ ਸਾਹਿਬਾਨ, ਮੇਰਾ ਪੈਰਾਮੈਡੀਕਲ ਸਟਾਫ, ਸਾਡਾ ਮਿਨਿਸਟੀਰੀਅਲ ਸਟਾਫ, ਸਾਡੇ ਵਾਰਡ ਅਟੈਂਡੈਂਟਸ ਮਰੀਜ਼ਾਂ ਦੀ ਦੇਖ ਰੇਖ 'ਚ ਲੱਗੇ ਹੋਏ ਆ, ਅਤੇ ਘੱਟੋ ਘੱਟ ਚੌਕੀਦਾਰੀ ਤਾਂ ਉਹਨਾਂ ਤੋਂ ਨਾ ਕਰਵਾਓ ਅਤੇ ਮਰੀਜ਼ ਜਿਹੜੇ ਹੈਗੇ ਆਪਦੇ ਸਮਾਨ ਦੀ, ਸਾਡੇ ਸਮਾਨ ਦੀ ਵੀ ਰੱਖਿਆ ਕਰ ਲੈਣ। ਅਤੇ ਮੈਂ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਇਸ ਗੱਲ ਵੱਲ ਧਿਆਨ ਦਿੰਦੇ ਹੋਏ ਕੋਈ ਬੰਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ।